सत श्रीकाल दोस्तों, नमस्कार। बलविंदर सिंह बाजवा वालों गुरु फतेह प्रवान, वाहेगुरु जी का खालसा, वाहेगुरु जी की फतेह। दोस्तों अज फिर मैं एक दो तुहाडे नाल गल, जिवें कि अजकल गुरदास मान जी का एक जिहड़ा नवां गीत आया है उस दे बारे भी सारे सोशल मीडिया ते अते सारे पासे ही फिर एक बारी चर्चा छिड़ी हुई है। उस दे विच कुछ उन्हां दे हक विच, कुछ उन्हां दे खिलाफ शब्द भी जिहड़े हन कई बारी देखे भी जाते, इदां दे शब्द भी वरते जाते हैं। मैं देखा कि गुरदास मान जी का जदों वैनकूवर के शो तो बाद अते उस तो पहला जिहड़ा उन्होंने एक तो बयान दिता सी पंजाबी बोली बारे अते हिंदी साडी मासी है, उस तो बाद जिहड़ा उन्होंने शो दे विच भी उन्होंने एक कुछ शब्द जिहड़े गलत वरते सन जिहड़े उस दे स्रोतियां लई, उस तो बाद चर्चा छिड़ी सी। ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸ ਮਾਨ ਜੀ ਉਹਨਾਂ ਨੇ ਸਾਰੀ ਹੀ ਉਮਰ ਇੱਕ ਵਧੀਆ ਪੰਜਾਬੀ ਦੇ ਗੀਤ ਸਮੇਂ ਸਮੇਂ 'ਤੇ ਸੇਧ ਦੇਣ ਵਾਲੀ ਵੀ ਗੱਲ ਕੀਤੀ ਹੈ। ਧਾਰਮਿਕ ਪੱਖੋਂ ਵੀ ਉਹਨਾਂ ਨੇ ਕਈ ਗੀਤ ਜਿਹੜੇ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਮੈਸੇਜ ਵੀ ਦਿੱਤਾ ਹੈ। ਜੇ ਇੰਨੀ ਗੱਲ ਕਹਿ ਦਈਏ ਕਿ ਗਾਉਣ ਵਾਲਿਆਂ ਦੇ ਵਿੱਚ, ਸਿੰਗਰਸ ਦੇ ਵਿੱਚ ਸਭ ਤੋਂ ਪਹਿਲੇ ਪੈਸੇ ਜਿਹੜੇ ਸਿੰਗਰਾਂ ਨੂੰ ਦੱਸੇ ਕਿ ਕਿੱਦਾਂ ਲਈਦੇ ਹਨ, ਕਮਰਸ਼ੀਅਲ ਬਣਾਉਣ ਵਾਲੇ ਵੀ ਸਭ ਤੋਂ ਪਹਿਲੇ ਸਿੰਗਰ ਗੁਰਦਾਸ ਮਾਨ ਜੀ ਹਨ, ਜਿਨ੍ਹਾਂ ਨੇ ਕਿ ਪੰਜਾਬੀ ਸਿੰਗਰਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਪੈਸੇ ਲੈਣ ਦੀ ਵੀ ਜਾਂਚ ਦੱਸੀ ਅਤੇ ਇਹ ਸ਼ੋਸ ਨੂੰ ਕਮਰਸ਼ੀਅਲ ਵੀ ਬਣਾਇਆ, ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹਨਾਂ ਦੇ ਗਾਏ ਹੋਏ ਗੀਤਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਐਵਰੇਜ ਵਿੱਚ ਹਨ, ਸਾਰੇ ਹੀ ਗੀਤ ਜਿਹੜੇ ਸਨ ਪੰਜਾਬੀਆਂ ਨੇ ਪਸੰਦ ਕੀਤੇ ਅਤੇ ਉਹਨਾਂ ਨੂੰ ਬੜਾ ਹੀ ਇੱਕ ਮਾਣ ਬਖਸ਼ਿਆ। ਸੋ ਇਸੇ ਜ਼ਿਆਦਾ, ਬਹੁਤ ਜ਼ਿਆਦਾ ਉਹਨਾਂ ਨੂੰ ਮਾਣ ਸੀ। ਇਸੇ ਗੱਲ ਕਈ ਕਹਿੰਦੇ ਹਨ, ਗੁੱਸਾ ਵੀ ਉੱਥੇ ਹੁੰਦਾ ਹੈ ਜਿੱਥੇ ਕੋਈ ਜ਼ਿਆਦਾ ਮਾਣ ਹੁੰਦਾ ਹੈ। ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ, ਗੁਰਦਾਸ ਮਾਨ ਜੀ ਨੇ ਜਿਹੜਾ ਹੁਣ ਇਹ ਹੁਣ ਇੱਕ ਫਿਰ ਗੀਤ ਵੀ ਗਾਇਆ ਹੈ, ਉਸ ਦੇ ਵਿੱਚ ਵੀ ਸ਼ਿਕਵੇ ਹੀ ਕੀਤੇ ਹਨ ਉਹਨਾਂ ਨੇ। ਉਸ ਦੇ ਵਿੱਚ ਇਹ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਕੋਲੋਂ ਜਿਹੜੇ ਇਹ ਸਾਰੇ ਪੰਜਾਬੀ ਹਨ ਕਿਉਂ ਨਾਰਾਜ਼ ਹਨ ਅਤੇ ਕਿਹੜੀ ਗੱਲੋਂ ਮੈਂ ਇਹਨਾਂ ਦੇ ਨਾਲੋਂ, ਮੇਰੇ ਸਾਰੀ ਉਮਰ ਹੀ ਜਿਹੜੇ ਸਤਿਕਾਰ ਕਰਦੇ ਹਨ, ਕਿਉਂ ਮੈਂ ਇਹਨਾਂ ਦੇ ਕੋਲੋਂ ਆਪਣਾ ਸਤਿਕਾਰ ਗਵਾਉਂਦਾ ਜਾ ਰਿਹਾ ਹਾਂ। ਅਤੇ ਇਸ ਉਮਰ ਦੇ ਵਿੱਚ ਜਿੱਥੇ ਆਪਣੀ ਸਾਰੀ ਉਮਰ ਹੀ ਇੱਜ਼ਤ ਕਮਾਈ ਹੈ, ਅਤੇ ਅੱਜ ਕਿੱਦਾਂ ਦੇ ਸ਼ਬਦ ਸੋਸ਼ਲ ਮੀਡੀਆ 'ਤੇ ਆਪਾਂ ਦੇਖਦੇ ਹਾਂ ਲੋਕ ਜਿਹੜੇ ਉਹ ਬੋਲ ਰਹੇ ਹਨ, ਉਹਨਾਂ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਲਾਏ, ਉਹਨਾਂ ਦੀ ਜੈ ਜੈਕਾਰ ਵੀ ਕੀਤੀ, ਅਤੇ ਵਿਰੋਧੀਆਂ ਦੇ ਬਾਰੇ ਉਹਨਾਂ ਨੇ ਸ਼ਾਇਦ ਇਸ ਦੇ ਵਿੱਚ ਜ਼ਿਆਦਾ ਜ਼ਿਆਦਾ ਕੁਛ ਤਰੀਕੇ ਦੇ ਨਾਲ ਹੀ ਬੋਲਿਆ ਕਿ ਮੈਂ ਉੱਥੇ ਕੀ ਕਰਦਾ। ਮੇਰੇ ਆਪਣੇ ਖਿਆਲ ਦੇ ਅਨੁਸਾਰ ਹੁਣ ਇਹ ਗੀਤ ਦੀ ਇੰਨੀ ਲੋੜ ਨਹੀਂ ਸੀ। ਜੇ ਗੁਰਦਾਸ ਮਾਨ ਜੀ ਨੂੰ ਪੰਜਾਬੀਆਂ ਨੇ ਇੰਨਾ ਪਿਆਰ ਕੀਤਾ ਸੀ, ਕਿਉਂਕਿ ਜੇ ਉਹਨਾਂ ਨੇ ਕੋਈ ਵੀ ਗੱਲ ਕਰਨੀ ਸੀ ਦੂਜੀ ਭਾਸ਼ਾ ਦੀ, ਉਹ ਕੋਈ ਪੋਲੀਟੀਕਲ ਲੀਡਰ ਜਾਂ ਕਿਸੇ ਸਟੇਟ ਦੇ ਜਿਹੜੇ ਹੁੰਦੇ ਹਨ ਉਹ ਕਰਦੇ, ਕਿਉਂਕਿ ਉਹਨਾਂ ਤੋਂ ਜ਼ਿਆਦਾ ਜਿਹੜਾ ਮਾਣ ਪੰਜਾਬੀ ਉਹਨਾਂ 'ਤੇ ਬੜਾ ਮਾਣ ਕਰਦੇ ਸਨ, ਉਹਨਾਂ ਨੂੰ ਵੈਰੀ ਸਿੰਪਲ ਸੀ, ਕਿਉਂਕਿ ਜਿਹੜੇ ਪੰਜਾਬੀ ਹਨ ਇਹਨਾਂ ਦਾ ਜਿਹੜਾ ਸੁਭਾਅ ਹੈ ਬਹੁਤ ਇੱਕ ਖੁੱਲ੍ਹਾ ਵੀ ਹੈ, ਇਹ ਮਾਫ਼ੀ ਵੀ ਕਰ ਦਿੰਦੇ ਹਨ। ਗੁਰਦਾਸ ਮਾਨ ਜੀ ਨੂੰ ਮੇਰੇ ਹਿਸਾਬ ਦੇ ਨਾਲ ਜੇ ਬੜਾ ਸਿੰਪਲ ਸੀ, ਉਸ ਗੱਲ ਤੋਂ ਬਾਅਦ ਇੰਨੀਆਂ ਗੱਲਾਂ ਕਰਦੇ ਜਿੱਥੇ ਵੀ ਉਹ ਜਾਂਦੇ ਸਨ, ਜਿੱਥੇ ਉਹਨਾਂ ਦਾ ਤਕਰਾਰ ਹੁੰਦਾ ਸੀ, ਭਾਵੇਂ ਅੰਮ੍ਰਿਤਸਰ ਲਾ ਲਓ ਭਾਵੇਂ ਸ਼ੋਆਂ ਦੇ ਵਿੱਚ ਵੀ ਕਿਤੇ, ਉਹ ਵੈਰੀ ਸਿੰਪਲ ਗੱਲ ਕਹਿ ਕੇ ਉਹ ਗੱਲ ਛੱਡ ਦਿੰਦੇ, ਉਹ ਫਿਰ ਉਸੇ ਗੱਲ ਨੂੰ ਵਾਰ ਵਾਰ ਦੁਹਰਾਈ ਜਾਂਦੇ ਹਨ, ਮੈਂ ਤਾਂ ਇਹ ਕਿਹਾ, ਮੈਂ ਤਾਂ ਇਹ ਕਿਹਾ। ਜਦੋਂ ਇਹ ਗੱਲ ਤੁਹਾਡੀ ਸੁਣਨ ਲਈ ਲੋਕ ਤਿਆਰ ਨਹੀਂ, ਤਾਂ ਮਾਨ ਸਾਹਿਬ ਤੁਸੀਂ ਵੈਰੀ ਸਿੰਪਲ ਹੈ, ਤੁਸੀਂ ਇੰਨੀ ਗੱਲ ਕਹਿ ਦਿਓ ਜਿਹਨਾਂ ਲੋਕਾਂ ਨੇ ਤੁਹਾਨੂੰ ਇੰਨਾ ਸਤਿਕਾਰ ਦਿੱਤਾ ਹੈ, ਮਾਣ ਦਿੱਤਾ ਹੈ, ਇਹਨਾਂ ਦੇ ਲੋਕਾਂ ਕੋਲੋਂ ਇੰਨਾ ਤੁਸੀਂ ਪੈਸਾ ਵੀ ਕਮਾਇਆ ਹੈ, ਸਭ ਕੁਛ ਕੀਤਾ ਹੈ, ਤੁਸੀਂ ਬੜੇ ਸਿੰਪਲ ਤਰੀਕੇ ਦੇ ਨਾਲ ਕਹਿ ਦਿਓ ਕਿ ਜਿਹੜੀ ਗੱਲ ਤੁਹਾਨੂੰ ਠੀਕ ਨਹੀਂ ਲੱਗੀ, ਜਿਹੜੀ ਗੱਲ ਮੇਰੇ ਮੂੰਹੋਂ ਨਿਕਲ ਗਈ ਹੈ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਤੁਸੀਂ ਇਸ ਗੱਲ ਕਹਿਣ ਦੀ ਬਜਾਏ ਉਹਨੂੰ ਇਨਡਾਇਰੈਕਟਲੀ ਫਿਰ ਆਪਣੇ ਆਪ ਨੂੰ ਆਪਣੇ ਆਪ ਨੂੰ ਇੱਕ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਹੜੀ ਕਿ ਤੁਹਾਨੂੰ ਪਤਾ ਹੈ ਕਿ ਉਹ ਜਿਹੜੀ ਆਮ ਸਾਡੇ ਲੋਕ ਉਹ ਸੁਣਨ ਨੂੰ ਤਿਆਰ ਨਹੀਂ। ਕੁਛ ਕੁ ਲੋਕ ਜਿਹੜੇ ਤੁਹਾਡੇ ਹੱਕ ਦੇ ਵਿੱਚ ਨਿਤਰੇ ਵੀ ਹਨ ਅਤੇ ਕਹਿੰਦੇ ਵੀ ਹਨ, ਉਹਨਾਂ ਨੇ ਵੀ ਖੁੱਲ੍ਹ ਕੇ ਤੁਹਾਡੇ ਨਾਲ ਮੈਦਾਨ ਦੇ ਵਿੱਚ, ਇੰਨੇ ਜ਼ਿਆਦਾ ਐਵਰੇਜ ਦੇ ਵਿੱਚ ਨਾ ਤਾਂ ਕੋਈ ਕਲਾਕਾਰ ਹੀ ਆਏ ਸਨ ਅਤੇ ਨਾ ਹੀ ਜਿਹਨਾਂ ਦੇ ਨਾਲ ਤੁਹਾਡੇ ਸੰਬੰਧ ਸਨ, ਤੁਹਾਡੇ ਸੱਜਣ ਮਿੱਤਰ ਜਾਂ ਤੁਹਾਡੇ ਪੁਰਾਣੇ ਜਿਹਨਾਂ ਦੇ ਰਿਲੇਸ਼ਨ ਜਿੱਥੇ ਜਿੱਥੇ ਤੁਸੀਂ ਜਾ ਕੇ ਪ੍ਰੋਗਰਾਮ ਕਰਦੇ ਸੀ, ਉਹਨਾਂ ਨੇ ਵੀ ਖੁੱਲ੍ਹ ਕੇ ਤੁਹਾਡੇ ਨਾਲ ਇਸ ਗੱਲ ਦਾ ਸਾਥ ਨਹੀਂ ਸੀ ਦਿੱਤਾ, ਕਿਉਂਕਿ ਲੋਕ ਡਰਦੇ ਹਨ ਸੋਸ਼ਲ ਮੀਡੀਆ ਤੋਂ, ਕਿਉਂਕਿ ਸਾਡੇ ਕਈ ਸੱਜਣ ਮਿੱਤਰ ਇਹ ਬੋਲਣ ਲੱਗੇ ਵੀ ਜਿਹੜਾ ਦੇਖਦੇ ਨੇ ਕਿ ਆਪਾਂ ਇਸ ਨੂੰ ਕੀ ਕਹਿਣਾ ਹੈ। ਸੋ ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਹਾਂ, ਮਾਨ ਸਾਹਿਬ
ਤੁਸੀਂ ਵੈਰੀ ਸਿੰਪਲ ਹੈ ਕਿ ਜਿੰਨੇ ਮਰਜ਼ੀ ਗੀਤ ਗਾਈ ਜਾਓ, ਜਿਹੜੀ ਹੁਣ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਬੈਠੀ ਹੈ, ਇਹ ਗੱਲ ਵੈਰੀ ਸਿੰਪਲ ਹੈ, ਤੁਸੀਂ ਹੱਥ ਜੋੜ ਕੇ ਸਾਰਿਆਂ ਦੇ ਕੋਲੋਂ, ਕਿਉਂਕਿ ਤੁਹਾਡੇ ਆਪਣੇ ਹਨ, ਤੁਹਾਨੂੰ ਇਹਨਾਂ ਨੇ ਹੀ ਮਾਨ ਦਿੱਤਾ, ਇਹਨਾਂ ਦੇ ਕਰਕੇ ਹੀ ਤੁਸੀਂ ਸਭ ਕੁਝ ਪਹੁੰਚੇ ਹੋ। ਉਹਨਾਂ ਨੂੰ ਕਹਿ ਦਿਓ, ਮੇਰੇ ਉਹ ਭੈਣੋ ਭਰਾਵੋ ਬਜ਼ੁਰਗੋ, ਮੈਂ ਜੇ ਕੋਈ ਵੀ ਅਣਜਾਣ ਕੋਨੇ ਦੇ ਵਿੱਚ ਜੇ ਮੈਂ ਇਮੋਸ਼ਨਲ ਹੋ ਕੇ ਜੇ ਕੋਈ ਗਲਤੀ ਕੀਤੀ ਹੈ ਤਾਂ ਸਾਰੇ ਪੰਜਾਬੀਆਂ ਦੇ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗ ਕੇ ਫਿਰ ਉਸੇ ਤਰ੍ਹਾਂ ਤੁਸੀਂ ਆਪਣਾ ਜਿਹੜਾ ਇੱਜ਼ਤ ਬਰਕਰਾਰ ਕਰ ਸਕਦੇ ਹੋ। ਬਾਕੀ ਗੀਤਾਂ ਦੇ ਰਾਹੀਂ ਜੇ ਤੁਸੀਂ ਸਫਾਈਆਂ ਦਿੰਦੇ ਰਹੋਗੇ ਤਾਂ ਮੈਨੂੰ ਖਿਆਲ ਹੈ ਮੇਰੇ ਅਨੁਸਾਰ, ਕਿਉਂਕਿ ਮੈਂ ਇਸ ਇੰਡਸਟਰੀ ਦੇ ਨਾਲ ਅਤੇ ਖਾਸ ਕਰਕੇ ਆਪਣੇ ਭਾਈਚਾਰੇ ਨਾਲ ਬੜੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ, ਇਹਨਾਂ ਨੇ ਉਹ ਗੱਲ ਮੰਨਣ ਵਾਲੇ ਨਹੀਂ ਹਨ। ਇੱਕੋ ਇੱਕ ਤੁਹਾਡੇ ਕੋਲ ਤਰੀਕਾ ਹੈ, ਜਦੋਂ ਤੁਸੀਂ ਕੈਨੇਡਾ ਦੇ ਵਿੱਚ ਸ਼ੋਅ ਤੋਂ ਬਾਅਦ ਉਸੇ ਵੇਲੇ ਜੇ ਤੁਸੀਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦੇ, ਤੁਹਾਡੀ ਸਾਰੀ ਗੱਲ ਖਤਮ ਹੋ ਜਾਂਦੀ ਸੀ, ਗੱਲ ਅੱਗੇ ਵਧਣੀ ਨਹੀਂ ਸੀ। ਠੀਕ ਹੈ, ਮੈਂ ਸਮਝਦਾ ਹਾਂ ਤੁਸੀਂ ਇਨਸਾਨ ਹੋ, ਤੁਹਾਨੂੰ ਗੁੱਸਾ ਆਇਆ ਜਦੋਂ ਚੰਗਾ ਮਾੜਾ ਬੋਲਿਆ ਗਿਆ, ਪਰ ਤੁਹਾਡੇ ਵਰਗੇ ਆਮ ਬੰਦਾ ਜੇ ਹੋਵੇ ਤਾਂ ਉਹਦੀ ਹੋਰ ਗੱਲ ਹੁੰਦੀ ਹੈ, ਪਰ ਤੁਹਾਡੇ ਵਰਗਿਆਂ ਤੋਂ ਇਹ ਲੋਕ ਇੱਦਾਂ ਦੇ ਸ਼ਬਦ ਦੀ ਜਿਹੜੀ ਆਸ ਨਹੀਂ ਸਨ ਕਰਦੇ, ਇਸ ਕਰਕੇ ਤੁਹਾਡੇ 'ਤੇ ਗੁੱਸਾ। ਸੋ ਅਜੇ ਵੀ ਤੁਹਾਡੇ ਕੋਲ ਸਮਾਂ ਹੈ ਕਿ ਆਪਣੇ ਗੀਤਾਂ ਦੇ ਰਾਹੀਂ ਇੱਕ ਵਾਰੀ ਫਿਰ ਤੁਸੀਂ ਉਸੇ ਗੱਲ ਨੂੰ ਫਿਰ ਜਿਹੜੀ ਸੌਂਦੀ ਜਾ ਰਹੀ ਸੀ ਉਸਨੂੰ ਫਿਰ ਜਗਾ ਕੇ ਰੱਖ ਦਿੱਤਾ ਹੈ। ਅਜੇ ਵੀ ਮੌਕਾ ਹੈ ਕਿ ਇਸ ਗੱਲ ਦੀ ਤੁਸੀਂ ਹੱਥ ਜੋੜ ਕੇ ਮਾਫ਼ੀ ਮੰਗ ਕੇ ਫਿਰ ਇੱਕ ਵਾਰੀ ਉੱਦਾਂ ਹੀ ਆਪਣਾ ਜਿਹੜਾ ਸਤਿਕਾਰ, ਜਿੰਨਾ ਤੁਹਾਨੂੰ ਸਤਿਕਾਰ ਮਿਲਿਆ ਸ਼ਾਇਦ ਹੀ ਕਿਸੇ ਕਲਾਕਾਰ ਨੂੰ ਮਿਲਿਆ ਹੋਵੇ, ਤੁਸੀਂ ਜਿਹੜਾ ਉਹ ਸਤਿਕਾਰ ਹੁਣ ਮੈਂ ਕਹਿ ਦਿੰਦਾ ਕਿ ਉਹ ਪਹਿਲਾਂ ਵਾਲਾ ਨਹੀਂ ਰਿਹਾ, ਤੁਸੀਂ ਵਾਪਸ ਫਿਰ ਲਿਆ ਸਕਦੇ ਹੋ। ਸੋ ਇਹ ਮੇਰਾ ਇੱਕ ਸੁਝਾਅ ਹੈ, ਹੋ ਸਕਦਾ ਇਹ ਕਿਸੇ ਨੂੰ ਚੰਗਾ ਵੀ ਲੱਗੇ ਅਤੇ ਕਿਸੇ ਨੂੰ ਮਾੜਾ ਵੀ ਲੱਗੇ, ਕਿਉਂਕਿ ਪੰਜਾਬੀਆਂ ਨੂੰ, ਪੰਜਾਬੀ ਬੋਲੀ ਦੇ ਵਾਲਿਆਂ ਨੂੰ ਸਾਰਿਆਂ ਨੂੰ ਤੁਹਾਡੇ 'ਤੇ ਬੜਾ ਮਾਣ ਹੈ। ਸੋ ਇੱਕ ਵਾਰੀ ਉਹਨਾਂ ਸਾਰਿਆਂ ਦੇ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗ ਕੇ ਅੱਗੇ ਤੋਂ ਫਿਰ ਆਪਣੀ ਜਿਹੜੀ ਰੈਗੂਲਰ ਜ਼ਿੰਦਗੀ ਜਿਹੜੀ ਹੈ ਲੋਕਾਂ ਦੇ ਵਿੱਚ ਫਿਰ ਉਸੇ ਤਰ੍ਹਾਂ ਬਤੀਤ ਕਰੋ, ਕਿਉਂਕਿ ਤੁਹਾਡੇ ਵੀ ਮੈਨੂੰ ਪਤਾ ਇੱਕ ਮਨ ਦੇ ਵਿੱਚ ਇੱਕ ਬਰਡਨ ਹੈ। ਤੁਸੀਂ ਕਿਸਾਨ ਮੋਰਚੇ 'ਚ ਵੀ ਗਏ, ਉੱਥੇ ਵੀ ਤੁਹਾਡੀ ਉਹਨਾਂ ਨੇ ਵਿਰੋਧਤਾ ਕੀਤੀ, ਕਿਉਂਕਿ ਤੁਸੀਂ ਵੀ ਸੋਚਦੇ ਹੋ ਕਿ ਮੈਂ ਇੰਨਾ ਵਧੀਆ ਲਿਖਦਾ ਰਿਹਾ ਹਾਂ, ਮੈਂ ਇੰਨਾ ਚੰਗਾ ਗਾਉਂਦਾ ਰਿਹਾ ਹਾਂ, ਮੈਂ ਕੋਈ ਮਾੜੇ ਸ਼ਬਦ ਨਹੀਂ ਬੋਲੇ, ਮਾੜਾ ਗੀਤ ਨਹੀਂ ਗਾਇਆ, ਫਿਰ ਵੀ ਮੇਰੇ ਨਾਲ ਇੱਦਾਂ ਕਿਉਂ, ਇੱਕ ਗਲਤੀ ਨੂੰ ਕਿਉਂ ਫੜੀ ਆ? ਇਸੇ ਕਰਕੇ ਗਲਤੀ ਫੜੀ ਹੈ ਕਿ ਤੁਹਾਡੇ 'ਤੇ ਲੋਕਾਂ ਨੂੰ ਮਾਣ ਵੀ ਬੜਾ ਜ਼ਿਆਦਾ ਸੀ। ਸੋ ਮਾਨ ਸਾਹਿਬ, ਜੇ ਹੋ ਸਕਦਾ ਇਸ ਗੱਲ 'ਤੇ ਜ਼ਰੂਰ ਵਿਚਾਰ ਕਰਿਓ। ਸੋ ਉਮੀਦ ਹੈ ਕਿ ਤੁਸੀਂ ਇਸ ਗੱਲ 'ਤੇ ਵਿਚਾਰ ਕਰਕੇ, ਅਤੇ ਸਾਡੇ ਪੰਜਾਬੀ ਜਿਹੜੇ ਹਨ ਬੜੇ ਖੁੱਲ੍ਹੇ ਸੁਭਾਅ ਵਾਲੇ ਹਨ, ਇਹ ਤਾਂ ਵੱਡੇ ਵੱਡੇ ਦੁਸ਼ਮਣਾਂ ਨੂੰ ਮਾਫ਼ ਕਰ ਦਿੰਦੇ ਹਾਂ। ਦੇਖੋ, ਲੜਾਈ ਦੇ ਵਿੱਚ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਵੀ ਉੱਦਾਂ ਦਾ ਪਾਣੀ ਪਿਆਉਂਦੇ ਸੀ ਜਿੱਦਾਂ ਦਾ ਆਪਣੇ ਸਿੰਘਾਂ ਨੂੰ ਪਿਆਉਂਦੇ ਸੀ, ਅਤੇ ਤੁਸੀਂ ਤਾਂ ਹੈ ਹੀ ਉਹ ਸਾਰੇ ਆਪਣੇ ਘਰ ਦੇ ਹੋ ਜਿਹਨਾਂ ਦੇ ਉੱਤੇ ਬੜਾ ਮਾਣ ਹੈ। ਸੋ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵਾਲੇ ਥੋੜ੍ਹਾ ਜਿਹਾ ਜ਼ਰੂਰ ਧਿਆਨ ਦਿਓ, ਕਿਉਂਕਿ ਪੰਜਾਬੀ ਬੋਲੀ ਜਿੰਦਾਬਾਦ, ਪੰਜਾਬੀ ਮਾਂ ਬੋਲੀ ਜਿੰਦਾਬਾਦ। ਸੋ ਜਿਉਂਦੇ ਰਹੋ, ਵੱਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ। ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰ ਫਤਿਹ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਫਿਰ ਮੈਂ ਇੱਕ ਦੋ ਤੁਹਾਡੇ ਨਾਲ ਗੱਲ, ਜਿਵੇਂ ਕਿ ਅੱਜ ਕੱਲ੍ਹ ਗੁਰਦਾਸ ਮਾਨ ਜੀ ਦਾ ਇੱਕ ਜਿਹੜਾ ਨਵਾਂ ਗੀਤ ਆਇਆ ਹੈ ਉਸ ਦੇ ਬਾਰੇ ਵੀ ਸਾਰੇ ਸੋਸ਼ਲ ਮੀਡੀਆ 'ਤੇ ਅਤੇ ਸਾਰੇ ਪਾਸੇ ਹੀ ਫਿਰ ਇੱਕ ਵਾਰੀ ਚਰਚਾ ਛਿੜੀ ਹੋਈ ਹੈ। ਉਸ ਦੇ ਵਿੱਚ ਕੁਛ ਉਹਨਾਂ ਦੇ ਹੱਕ ਵਿੱਚ, ਕੁਛ ਉਹਨਾਂ ਦੇ ਖਿਲਾਫ਼ ਸ਼ਬਦ ਵੀ ਜਿਹੜੇ ਹਨ ਕਈ ਵਾਰੀ ਦੇਖੇ ਵੀ ਨਹੀਂ ਜਾਂਦੇ, ਇੱਦਾਂ ਦੇ ਸ਼ਬਦ ਵੀ ਵਰਤੇ ਜਾਂਦੇ ਹਨ। ਮੈਂ ਦੇਖਿਆ ਕਿ ਗੁਰਦਾਸ ਮਾਨ ਜੀ ਦਾ ਜਦੋਂ ਵੈਨਕੂਵਰ ਦੇ ਸ਼ੋਅ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਪੰਜਾਬੀ ਬੋਲੀ ਬਾਰੇ ਅਤੇ ਹਿੰਦੀ ਸਾਡੀ ਮਾਸੀ ਹੈ, ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਇੱਕ ਕੁਛ ਸ਼ਬਦ ਜਿਹੜੇ ਗਲਤ ਵਰਤੇ ਸਨ ਜਿਹੜੇ ਉੱਥੇ ਦੇ ਸਰੋਤਿਆਂ ਲਈ, ਉਸ ਤੋਂ ਬਾਅਦ ਇਹ ਚਰਚਾ ਛਿੜੀ ਸੀ। ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸ ਮਾਨ ਜੀ ਉਹਨਾਂ ਨੇ ਸਾਰੀ ਹੀ ਉਮਰ ਇੱਕ ਵਧੀਆ ਪੰਜਾਬੀ ਦੇ ਗੀਤ ਸਮੇਂ ਸਮੇਂ 'ਤੇ ਸੇਧ ਦੇਣ ਵਾਲੀ ਵੀ ਗੱਲ ਕੀਤੀ ਹੈ। ਧਾਰਮਿਕ ਪੱਖੋਂ ਵੀ ਉਹਨਾਂ ਨੇ ਕਈ ਗੀਤ ਜਿਹੜੇ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਮੈਸੇਜ ਵੀ ਦਿੱਤਾ ਹੈ। ਜੇ ਇੰਨੀ ਗੱਲ ਕਹਿ ਦਈਏ ਕਿ ਗਾਉਣ ਵਾਲਿਆਂ ਦੇ ਵਿੱਚ, ਸਿੰਗਰਸ ਦੇ ਵਿੱਚ ਸਭ ਤੋਂ ਪਹਿਲੇ ਪੈਸੇ ਜਿਹੜੇ ਸਿੰਗਰਾਂ ਨੂੰ ਦੱਸੇ ਕਿ ਕਿੱਦਾਂ ਲਈਦੇ ਹਨ, ਕਮਰਸ਼ੀਅਲ ਬਣਾਉਣ ਵਾਲੇ ਵੀ ਸਭ ਤੋਂ ਪਹਿਲੇ ਸਿੰਗਰ ਗੁਰਦਾਸ ਮਾਨ ਜੀ ਹਨ, ਜਿਨ੍ਹਾਂ ਨੇ ਕਿ ਪੰਜਾਬੀ ਸਿੰਗਰਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਪੈਸੇ ਲੈਣ ਦੀ ਵੀ ਜਾਂਚ ਦੱਸੀ ਅਤੇ ਇਹ ਸ਼ੋਅ ਨੂੰ ਕਮਰਸ਼ੀਅਲ ਵੀ ਬਣਾਇਆ, ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹਨਾਂ ਦੇ ਗਾਏ ਹੋਏ ਗੀਤਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਐਵਰੇਜ ਵਿੱਚ ਹਨ, ਸਾਰੇ ਹੀ ਗੀਤ ਜਿਹੜੇ ਸਨ ਪੰਜਾਬੀਆਂ ਨੇ
पसंद किए और उन्होंने बड़ा ही एक माण बख्शा। सो इस ज़्यादा बहुत ज़्यादा उन्होंने माण से इस गल कई कहते हैं गुस्सा भी उत्थे होंदा है जिथे कोई ज़्यादा माण होंदा है। मैं एक गल जरूर कहनी चाहवागा गुरदास मान जी ने जिहड़ा हुण एक फिर गीत भी गाया है उस दे विच भी शिकवे ही किए हैं। उन्होंने उस दे विच यह नहीं दसने की कोशिश की कि मेरे को जिहड़े सारे पंजाबी हैं क्यों नाराज़ हैं अते केड़ी गलों मैं इन्हां दे नालों मेरे सारी उम्र ही जिहड़े सत्कार करते हैं क्यों मैं इन्हां दे कोलों अपना सत्कार गवाउंदा जा रहा हाँ। अते इस उम्र दे विच जिथे अपनी सारी उम्र ही इज्जत कमाई है तो अज कि शब्द सोशल मीडिया आप देखते हैं लोग जोड़े वो बोल रहे हैं उन्होंने जोड़े उन्होंने हक के लाए उन्होंने जय जयकार भी की विरोधियों के बारे उन्होंने शायद इस ज़्यादा ज़्यादा कुछ तरीके ही बोलिया कि मैं उत्थे की करता। मेरे अपने ख्याल के अनुसार हूँ ये गीत की इन्नी लोड़ नहीं सी जे गुरदास मान जी नूं पंजाबियों ने इन्ना प्यार किया क्योंकि जे उन्होंने कोई भी गल करनी सी दूजी भाषा की वह कोई पोलीटिकल लीडर ज किसी स्टेट के जड़े होंगे वो करते क्योंकि उन्होंने तो ज़्यादा जड़ा माण पंजाबी उन्होंने बड़ा माण करते सन उन्होंने वेरी सिंपल सी क्योंकि जोड़े पंजाबी हैं इन्ह का जोड़ा सुभा है बहुत एक खुला भी है ये माफ़ी भी कर देंगे। गुरदास मान जी तो मेरे हिसाब के नाल जो बड़ा सिंपल सी उस गल तो बाद इन्नियां गल्लां करदे जिथे भी वह जाते सन जिथे उन्हों का तकरार हुंदा सी भावें अमृतसर ला लो भावें शोआं दे विच भी किते वह वेरी सिंपल गल कह के वह गल छड्ड दिंदे वह फिर उस गल नूं बार बार दोहराई जाते हैं मैं तो यह कहा मैं तो यह कहा जदों यह गल तुहाडी सुनने लई लोग तैयार नहीं तो मान साहब तुसीं वेरी सिंपल है तुसीं इन्नी गल कह दिओ जिन्हां लोगों ने तुहानूं इन्ना सत्कार दिता है मान दिता है इन्हां दे लोकां कोलों इन्ना तुसीं पैसा भी कमाया है सब कुछ किया है तुसीं बड़े सिंपल तरीके दे नाल कह दिओ कि जिहड़ी गल तुहानूं ठीक नहीं लगी जिहड़ी गल मेरे मूहों निकल गई है मैं हाथ जोड़ के माफ़ी मंगदा हाँ। तुसीं इस गल कहण दी बजाए उहनूं इनडायरैक्टली फिर अपने आप नूं अपने आप नूं एक सही साबित करन दी कोशिश कर रहे हो जिहड़ी कि तुहानूं पता है कि उह सुण जिहड़ी आम साडे लोक सुणन नूं तैयार नहीं कुछ कि लोग जिहड़े तुहाडे हक दे विच नित्रे भी हन अते कहिंदे भी हन उन्होंने भी खुल के तुहाडे नाल मैदान दे विच इन्ने ज़्यादा एवरेज दे विच ना तो कोई कलाकार ही आए सन अते ना ही जिन्हां दे नाल तुहाडे संबंध सन तुहाडे सज्जन मित्र जां तुहाडे पुराने जिन्हां दे रिलेशन जिथे जिथे तुसीं जाके प्रोग्राम करते सी उन्होंने भी खुल के तुहाडे नाल इस गल का साथ नहीं सी दिता क्योंकि लोग डरदे हन सोशल मीडिया तो क्योंकि साडे कई सज्जन मित्र ये बोलन लगे भी जरा देखते नहीं कि आप इसनों की कहना है। सो मैं तो यो ही कहना चाहता हाँ मान साहब तुसी वेरी सिंपल है क जिन्ने मर्जी गीत गाई जो जड़ी हुण लोकां दे दिल दे विच ये गल बैठी है ये गल वेरी सिंपल है तुसी हाथ जोड़ के सारयां दे कोलों क्योंकि तुहाडे अपने हन तुहानू इन्हां ने ही मान दिता इन्हां दे करके ही तुसी सब कुछ पहुँचे हो उन्होंने कह दो मेरे वो भैनों भरावो बजुर्गो मैं जे कोई भी अनजाण कोने दे विच जे मैं इमोशनल होकर जे कोई गलती की है तो सारे पंजाबियों के कोलों हाथ जोड़ के माफ़ी मांग के फिर उस तरह तुसी अपना जिहड़ा इज्जत बरकरार कर सकते हो। बाकी गीतां दे राहीं जे तुसी सफाइयां देंदे रहोगे तो मैनू ख्याल है मेरे अनुसार क्योंकि मैं इस इंडस्ट्री दे नाल अते खास करके अपने भाईचारे नाल बड़े लंबे समय तो जुड़िया होया हाँ इन्हां ने वो गल मनण वाले नहीं हन। इको एक तुहाडे कोल तरीका है जदों तुसी कनेडा दे विच शो तो बाद उस वेले जे तुसी हाथ जोड़ के माफ़ी मंग लेंदे तुहाडी सारी गल खत्म हो जाती सी गल अगे वधनी नहीं सी। ठीक है मैं समझदा हाँ तुसी इंसान हो तुहानूं गुस्सा आया जदों चंगा माड़ा बोलिया गया पर तुहाडे वर्गे आम बंदा जे होवे ते उहदी होर गल हुंदी है पर तुहाडे वर्गियां तों इह लोक इदां दे शब्द दी जिहड़ी आस नहीं सन करदे इस करके तुहाडे ते गुस्सा। सो अजे भी तुहाडे कोल समां है कि अपने गीतां दे राहीं एक वारी फिर तुसी उस गल नूं फिर जिहड़ी सौंदी जा रही सी उसनूं फिर जगा के रख दिता है अजे भी मौका है कि इस गल दी तुसी हाथ जोड़ के माफ़ी मंग के
फिर एक बार उदा ही अपना जरा सत्कार जिन्ना तुहानू सत्कार मिलिया शायद ही किसी कलाकार नू मिलिया होवे। तुसी जड़ा वो सत्कार हुण मैं कह दिंदा कि वह पहला वाला नहीं रहा, तुसी वापस फिर लिया सकते हो। सो ये मेरा एक सुझाव है, हो सकता ये किसी नू चंगा भी लगे तो किसी नू माड़ा भी लगे, क्योंकि पंजाबियों नू पंजाबी बोली दिवालियां नू सारियां नू तुहाडे ते बड़ा माण है। सो एक बार उन्हां सारियां दे कोलों हाथ जोड़ के माफ़ी मांग के अगे तो फिर अपनी जिहड़ी रैगूलर जिंदगी जिहड़ी है लोगों के फिर उस तरह बतीत करो, क्योंकि तुहाडे भी मैनू पता एक मन दे विच एक बर्डन है। तुसी किसान मोर्चे च भी गए, उत्थे भी तुहाडी उन्होंने विरोधता की, क्योंकि तुसी भी सोचते हो कि मैं इन्ना वधिया लिखदा रहा हाँ, मैं इन्ना चंगा गाउंदा रहा हाँ, मैं कोई माड़े शब्द नहीं बोले, माड़ा गीत नहीं गाया, फिर भी मेरे नाल इन्ना क्यों एक गलती नूं क्यों फड़ी है। इस करके गलती फड़ी है कि तुहाडे ते लोकां नूं माण भी बड़ा ज़्यादा सी। सुमान साहब जे हो सकता इस गल ते जरूर विचार करियो। सो उम्मीद है कि तुसी इस गल ते विचार करके अते साडे पंजाबी जिहड़े हन बड़े खुले सुभाव वाले हन, इहदे वड्डे वड्डे दुश्मनां नूं माफ़ कर देंदे हन। देखो लड़ाई दे विच भाई कन्हैया जी दुश्मनां नूं भी उदां दा पानी पिआउंदे सी जिद्दां दा अपने सिंघां नूं पिआउंदे सी, ते तुसी ते है ही उह सारे अपने घर दे हो जिहनां दे उत्ते बड़ा माण है। सो उम्मीद करदा हाँ कि तुसी इस वाले थोड़ा जिहा जरूर ध्यान दिओ, क्योंकि पंजाबी बोली जिंदाबाद, पंजाबी मां बोली जिंदाबाद। सो जिंदे रहो, वसदे रहो। मैनू कईयां ने आख्या कई बारी तू लैणा पंजाबी दा नां छड्ड दे, जिहदी बोली च पढ़ के जवान होयो वह जगह छड्ड दे ते गलां छड्ड दे, जे पंजाबी पंजाबी ही कूकना है जिथे खड़ा खड़ोता है थां छड्ड दे। मैनू इंज लगदा लोग आखते ने तू पुत्रा अपनी माँ छड्ड दे, तू पुत्रा अपनी माँ छड्ड दे। वाहिगुरू जी का खालसा, वाहिगुरू जी की फतह।